ਮੰਨਦਾ ਇਹ ਪਿਛਲੇ ਮੋੜਾਂ ਹੀ ਮੋੜੇ ਆ ਦਸ ਬਾਰਾਂ ਸਾਲ ਗੁਜ਼ਰੀ ਗਏ ਮੁਹੱਬਤ ਪਿਆਰ ਜਿਹੜਾ ਉਹ ਉਸੇ ਦੇ ਆ ਉਸ ਤੋਂ ਵਧਿਆ ਘਟਿਆ ਜੀ ਤੇ ਉਸ ਗੱਲਾਂ ਕੀ ਕਰਕੇ ਹੋਇਆ ਦਵਾ ਕਰ ਦਿੰਦੇ ਜੀ ਹੈ ਜਿਹੜਾ ਚੰਗਾ ਤਲਕ ਹੈ ਨਾ ਉਹ ਟਿਗਾ ਰਹਿ ਉਸਨੇ ਉੱਥੇ ਦਵਾ ਕਰ ਦਿੰਦੇ ਅਸਲੇ ਚੰਗਾ ਗੁਜ਼ਰਿਆ ਮਾੜਾ ਵੈ ਜੇ ਨਹੀਂ ਗਏ ਤੇ ਸਿਰੂ ਦਵਾ ਕਰਨੀ ਚਾਹੀਦੀ ਹੈ ਸਿਰੂ ਨਹੀਂ ਗਏ ਚੰਗਾ ਹੀ ਲੇਕਿਨ ਅਸਲ ਦਾ ਜਿਹੜਾ ਟਾਈਮ ਗੁਜ਼ਰੀ ਗਿਆ ਉਹ ਚੰਗਾ ਗੁਜ਼ਰੀ ਗਿਆ ਅਸਲੇ ਦੇ ਵਾਸਤੇ ਦਵਾਈ ਹੈ ਕਿਹੜੀ
Thank you.
ਕੋਈ ਕਰਨਾ ਪਿਆ ਪੁਰਾਣੇ ਸ਼ੇਰ ਬਾਰੇ ਪੜੇ ਨਵੇਂ ਪੜੇ ਉਹਨਾਂ ਨੇ ਉਹ ਪੜੇ ਸਰਕਾਰ ਨੇ ਕਿਉਂਕਿ ਅਜ਼ਮਾਇਸ਼ ਹੈ ਬੰਦੇ ਪਰ ਅਜ਼ਮਾਇਸ਼ਾਂ ਹੋਣੀਆਂ ਰਹਿਣੀਆਂ ਔਖੇ ਸੌਖੇ ਟਾਈਮ ਹੱਸ ਰਹਿਣੇ ਖੁਆਇਸ਼ਾਂ ਕਰਨਾ ਰਹਿਣਾ ਇਹਨਾਂ ਖੁਆਇਸ਼ਾਂ ਜੇ ਦੁਨੀਆਂ ਛੋੜੀਆਂ ਤਾਂ ਸਰਕਾਰ ਪੀਰਾ ਰੱਖਿਆ ਸਾਹਿਬ ਦਾ ਸ਼ੇਰਾ
ਆਏ ਕਿਸੇ
ਜੀ ਨਾਮ ਜੀ, ਸੁਣਾਓ ਖੈਰ ਖਰੀਦ ਸਰ, ਠੀਕ ਠਾਕ ਹੋ? ਲੋ ਦੱਸੋ ਨਾ ਦੱਸੋ ਦੇ ਮੱਖੋ ਨੇ ਚੱਲ ਕੇ ਉਸ ਤੋਂ ਬਾਅਦ ਕੁਝ ਜਿਹੜੀਆਂ ਫਰਮਾਇਸ਼ਾਂ ਆਈਆਂ ਤੇ ਜਿਹੜਾ ਆਪਣਾ ਰਿਆ ਹਿੱਸਾ ਇਹ ਯੁੱਗੇ ਵਿੱਚ ਵੀ ਦਿੱਤਾ ਹੈ ਮਹਿਫਲਾਂ ਨੂੰ ਕਾਫੀ ਇੱਕ ਸਾਥ ਦਿੱਤਾ ਸੋ ਜਗ੍ਹਾ ਇਸ ਕਵਰ ਕਰ ਗਿਆ ਤੇ ਸਰਕਾਰ ਆਣੇ ਕੈਸਾ ਕਿਸਮਤ ਵਿੱਚ ਹੈ ਯਸਰਾ
Thank you.
ਤੁਹਾਡੀ ਦੂਰੀ ਤੁਹਾਡੀ ਰੀਤ ਜਨਤ ਦੀ ਔਰ ਸਦਾ ਮਿਹਰਬਾਨੀ ਤੁਹਾਡੀ ਸਰਕਾਰੀ ਦੋ ਚਾਰ ਜਿਹੜੇ ਅੱਗੇ ਬਜਾ ਕਿ ਸਰਕਾਰ ਦੁਆਲ ਬਚਪਨ ਛੋਟੇ ਬੱਕਰੀਆਂ ਦੁਬਾਰਾ ਉਸ ਜਗ੍ਹਾ ਤੇ ਸੀੜੀ ਜੋੜਿਆ ਨਾਲ ਜਿਹੜੇ ਛੋਟੇ ਛੋਟੇ ਬੱਚੇ ਸੀ ਜਿਹਨਾਂ ਨੇ ਮਾਜਰਾ ਕੱਢਿਆ ਖਤਰੇ ਤੋਂ ਬਚਾਉਣ ਦੀ ਖਾਤਰ ਅਜ਼ੂਰ ਨੇ ਦਾਦਾ ਅਜ਼ੂਰ ਅਦਲ ਤੇ ਅਬਦਲ ਮੁਦਰਬ ਨੇ ਹਵਾਲਾ ਕਰੀ ਜਾ ਦਾਈ ਅਲੀ ਮਾਂ ਜਿਸ ਵਕਤ ਸਰਕਾਰੇ ਦੋ ਆਲਮ ਦੀ ਮਹਿਕੇ ਮੱਕੇ ਪਾ ਕੇ ਪਹੁੰਚੇ ਜਿਸ ਵਕਤ ਵਾਪਸ ਆਏ ਸਰਕਾਰੇ ਦੋ ਆਲਮ ਵੀ ਆਪਣੀ ਜਗ੍ਹਾ ਮੌਜੂਦ ਨਹੀਂ ਸੀ ਤੇ ਦਾਈ ਅਲੀ ਮਾਂ ਨੇ ਮੱਕੇ ਨੇ ਚੱਕਰ ਲਾਣੇ ਸ਼ੁਰੂ ਕਰਕੇ ਹਰ ਜਗ੍ਹਾ ਸਰਕਾਰੇ ਦੋ ਆਲਮ ਦੀ ਤਲਾਸ਼ ਕਰਨਾ ਸ਼ੁਰੂ ਕਰੇਗਾ ਪਰੇਸ਼ਾਨੀ ਦਾ ਆਲਮ ਹਰ ਜਗ੍ਹਾ ਤੇ ਤਲਾਸ਼ ਕਰਦੇ ਲੇਕਿਨ ਸਰਕਾਰ ਮਿਲਣੇ ਨਹੀਂ ਗਏ ਇਤਨੀ ਦੇਰ ਇੱਕ ਜ਼ਹੀਫ ਉਮਰ ਬਜ਼ੁਰਗ ਆਇਆ ਉਸ ਆਖਿਆ ਕਿ ਹੈ ਅਲੀ ਮਾਂ ਕਿਉਂ ਪਰੇਸ਼ਾਨੀ ਹੈ ਆਖਿਆ ਕਿ ਮੇਰਾ ਬੇਟਾ ਮੁਹੰਮਦ ਗੁੰਮ ਹੋਈ ਗਿਆ ਉਸ ਆਖਿਆ ਅਲੀ ਮਾਂ ਜਾ ਕਾਬੇ ਵਿੱਚ ਤੇ ਬੁੱਤਾਂ ਦਾ ਫਰਿਆਦ ਕਰ ਇਹ ਗੱਲ ਆ ਕਿ ਮੇਰਾ ਬੇਟਾ ਮੁਹੰਮਦ ਗੁੰਮ ਹੋਈ ਗਿਆ ਤੁਹਾਡਾ ਬੇਟਾ ਤੂੰ ਲੱਭ ਪੈ ਸੀ ਤੇ ਪਰੇਸ਼ਾਨੀ ਦੇ ਆਲਮ ਦਾ ਕਿ ਦਾਈ ਅਲੀ ਮਾਂ ਅੰਦਰ ਗਏ ਬੁੱਤਾਂ ਦੇ ਜਿਸ ਵਕਤ ਫਰਿਆਦ ਕੀਤੀ ਕਿ ਮੇਰਾ ਬੇਟਾ ਮੁਹੰਮਦ ਗੁੰਮ ਹੋਇਆ ਤਾਂ ਦੱਸਣੇ ਕਿ ਜਿਸ ਵਕਤ ਮੁਹੰਮਦ ਦਾ ਲਫ਼ਜ਼ ਜ਼ੁਬਾਨ ਉੱਪਰ ਆਇਆ ਤੇ ਜਿੰਨੇ ਬੁੱਤ ਸੇ ਰੇਜ਼ਾ ਰਹਿੰਦਾ ਹੀ ਨਹੀਂ ਤੇ ਇਤਨੀ ਦੇਰ ਇਹ ਹੀ ਖਬਰ ਦਾਦਾ ਹਜ਼ੂਰ ਅਜ਼ਤ ਅਬਦਲ ਮੁਤਲਬ ਤੱਕ ਪਹੁੰਚਣੀ ਅਜ਼ਤ ਅਬਦਲ ਮੁਤਲਬ ਨੇ ਅਹਿਲੇ ਮੱਕਾ ਇਕੱਠਾ ਕੀਤਾ ਤੇ ਕਿਹੜੀ ਗੱਲ ਕੀਤੀ ਉਹ ਅਬਦਲ ਮੁਤਲਬ ਨੂੰ ਜਦੋਂ ਮਾਲੂਮ ਹੋਇਆ
ਉਹ ਬਬਲੂ ਜਦੋਂ ਮਾਲੂ ਨਹੀਂ ਹੋਇਆ ਉਹ ਚਸ਼ਮੇ ਹਸਤੀ ਦਾ ਤਾਰਾ ਕੀ ਜਿਸ ਵਕਤ ਇਹ ਖਬਰ ਸੁਣੀ ਕਿ ਸਰਕਾਰੇ ਦੋ ਆਲਮ ਗੁੰਮ ਹੋਈ ਗਏ ਤਾਂ ਇਹਨੇ ਲੋਕਾਂ ਨੂੰ ਇਕੱਠਾ ਕੀਤਾ। ਉਹਨਾਂ ਕਿਹਾ ਕਿ ਆਪ ਤੁਸੀਂ ਵਿਚਾਰੇ ਹੋ ਤਾਂ ਤੁਸੀਂ ਕਿਹੜਾ ਜਾਣਾ ਸਾਥ ਨਹੀਂ ਆ। ਅਬਦਲ ਮੁਤਲਬ ਜਾਣੇ ਟੱਕਾ ਮੇਰੇ ਬਾਪ ਦੀ ਪਗੜੀ ਫਰਿਆਦ ਪੇ ਕਰਨੇ ਉਸ ਮਾਲ ਕੇ ਦਾਮਾ ਜਾਂਗਾ ਕਿਹੜੀ ਕਾਲੀ ਅਦਲ ਦਾ ਧੁਰ ਯਮਤਾ ਦੀ ਕੇ
ਸਵਾਲ ਕਰਨਾ ਮੇਰੀ ਜਬੇ